ਤੇ ਜਿੱਥੇ ਪੰਜਾਬ ਪੁਲਿਸ ਮੁਖੀ ਦੇ ਕਰਤਾਰਪੁਰ ਸਾਹਿਬ ਬਾਰੇ ਇਹ ਬਿਆਨ ਕਿ ਉੱਥੇ ਸਵੇਰੇ ਗਿਆ ਸ਼ਰਧਾਲੂ ਸ਼ਾਮ ਨੂੰ ਅੱਤਵਾਦੀ ਬਣ ਕੇ ਪਰਤਦਾ ਹੈ ਉੱਪਰ ਪਹਿਲਾਂ ਹੀ ਸਿਆਸਤ ਪੱਕੀ ਹੋਈ ਹੈ ਤਾਂ ਇਸ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦਾ ਇਹ ਬਿਆਨ ਇਸ ਨੁਕਤੇ ਨਜ਼ਰ ਤੋਂ ਕਾਫ਼ੀ ਅਹਿਮ ਹੈ। ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਇੱਕ ਸੁਰੱਖਿਅਤ ਮੁਲਕ ਹੈ ਅਤੇ ਉੱਥੇ ਸਿੱਖ ਵੱਡੀ ਗਿਣਤੀ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਤਵੰਤ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਜਥੇਦਾਰ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹਨਾਂ ਨੂੰ ਪਾਕਿਸਤਾਨ ਦੀ ਸੰਗਤ ਅਤੇ ਆਮ ਲੋਕਾਂ ਤੋਂ ਚੰਗਾ ਖਾਸਾ ਪਿਆਰ ਮਿਲਿਆ ਹੈ। ਦੋਹਾਂ ਮੁਲਕਾਂ ਦੀ ਆਵਾਮ ਇੱਕ ਦੂਜੇ ਨਾਲ ਨਿੱਘੇ ਸੰਬੰਧ ਰੱਖਦੀ ਹੈ, ਇੱਕ ਦੂਜੇ ਪਾਸੇ ਆਉਂਦੀ ਜਾਂਦੀ ਹੈ। ਉਹਨਾਂ ਨੇ ਇਸ ਵੀਡੀਓ ਵਿੱਚ ਕਿਹਾ ਕਿ ਮੈਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਥੇ ਆਉਣ ਅਤੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ। ਇੱਥੇ ਪਹੁੰਚ ਕੇ ਉਹ ਨਾ ਸਿਰਫ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹਾਸਲ ਕਰਨਗੇ ਬਲਕਿ ਇਤਿਹਾਸਿਕ ਗੁਰਦੁਆਰਿਆਂ ਅਤੇ ਪਾਕਿਸਤਾਨ ਦੇ ਮੌਸਮ ਦੀ ਰੂਹਾਨੀਅਤ ਦਾ ਵੀ ਆਨੰਦ ਲੈਣਗੇ। ਉਹ ਇਸ ਮੁਲਕ ਦੇ ਅਮਨ ਅਤੇ ਸ਼ਾਂਤੀ ਤੋਂ ਚੰਗੀ ਤਰ੍ਹਾਂ ਵਾਕਿਫ ਹੋਣਗੇ। ਸੋ ਭਾਰਤੀ ਸਿੱਖ ਇੱਥੇ ਜ਼ਰੂਰ ਆਉਣ। ਪਾਕਿਸਤਾਨ ਨਾਲ ਪਿਆਰ ਦੁਨੀਆ 'ਚ ਵਸਦੇ ਹਰ ਸਿੱਖ ਨਾਲ ਪਿਆਰ ਹੈ ਔਰ ਪਿਆਰ ਇਸ ਕਰਕੇ ਹੈ ਕਿਉਂਕਿ ਇਸ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਸਿੱਖੀ ਮੌਲੀ ਹੈ, ਸਿੱਖੀ ਪ੍ਰਕਾਸ਼ੀ ਹੈ, ਸਿੱਖੀ ਪ੍ਰਗਟ ਹੋਈ ਹੈ। ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਨਾ ਸਾਹਿਬ, ਦੀਪਾਲਪੁਰ ਸਾਹਿਬ ਕਿ 100 ਸਾਲਾ ਸ਼ਤਾਬਦੀ, ਕਿਉਂਕਿ ਪੰਜਾਬ 'ਚ ਹਿੰਦੁਸਤਾਨ 'ਚ ਕਿਤੇ ਨਹੀਂ ਮਨਾਈ ਜਾਣੀ। ਅਸੀਂ ਚਾਹੁੰਦੇ ਕਿ ਇੱਥੇ ਹੀ ਅਸੀਂ 100 ਸਾਲਾ ਸ਼ਤਾਬਦੀ ਜਿਹੜੀ ਹੈ ਸਾਰੀਆਂ ਸੰਸਥਾਵਾਂ ਰਲ ਕੇ ਜਿੰਨੀਆਂ ਵੀ ਦੁਨੀਆ ਭਰ ਦੀਆਂ, ਇਕੱਲੇ ਭਾਰਤ ਦੀਆਂ ਨਹੀਂ, ਪਾਕਿਸਤਾਨ ਦੀਆਂ ਨਹੀਂ, ਦੁਨੀਆ ਭਰ ਦੀਆਂ ਸੰਸਥਾਵਾਂ ਰਲ ਕੇ ਸਾਂਝੇ ਰੂਪ ਦੇ ਵਿੱਚ ਅਸੀਂ ਇਸ ਅਸਥਾਨ ਤੋਂ ਸਾਂਝੀਵਾਲਤਾ ਦਾ ਇੱਕ ਹੋਣ ਦਾ ਪੈਗਾਮ ਦਈਏ। ਅਗਲੇ ਸਾਲ 100 ਸਾਲਾ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਉਸ ਤਕਾਜੇ ਤੋਂ ਵੀ ਅਹਿਮ ਹੈ ਜਿੱਥੋਂ ਆਪੋ ਆਪਣੇ ਸਿਆਸੀ ਮੁਫਾਦ ਲਈ ਪਾਕਿਸਤਾਨ ਨੂੰ ਦੁਸ਼ਮਣ ਮੁਲਕ ਵਜੋਂ ਉਭਾਰ ਦੋਹਾਂ ਮੁਲਕਾਂ ਦਰਮਿਆਨ ਪਿਆਰ ਮੁਹੱਬਤ ਤੇ ਆਪਸੀ ਭਾਈਚਾਰੇ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਹੋਣ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ। ਪਰ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਜਥੇਦਾਰ ਦਾ ਇਹ ਕਹਿਣਾ ਕਿ ਪਾਕਿਸਤਾਨ ਸੁਰੱਖਿਅਤ ਮੁਲਕ ਹੈ ਅਤੇ ਹਰ ਸਿੱਖ ਨੂੰ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਜਾਣਾ ਚਾਹੀਦਾ ਹੈ ਵੱਡੀ ਅਹਿਮੀਅਤ ਰੱਖਦਾ ਹੈ। ਜਥੇਦਾਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੀ ਵੀ ਕਾਫੀ ਤਾਰੀਫ ਕੀਤੀ ਗਈ ਹੈ। ਮੈਂ ਇਸ ਮੰਚ ਤੋਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਨਨਕਾਣਾ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ, ਕਰਤਾਰਪੁਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ, ਪੰਨਾ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ, ਉਵੇਂ ਅਸੀਂ ਸਿਆਲਕੋਟ ਦੇ ਦਰਸ਼ਨ ਕਰੀਏ, ਉਵੇਂ ਅਸੀਂ ਮੁਲਤਾਨ ਦੇ ਦਰਸ਼ਨ ਕਰੀਏ, ਉਵੇਂ ਅਸੀਂ ਦੀਪਾਲਪੁਰ ਦੇ ਦਰਸ਼ਨ ਕਰੀਏ, ਅਸੀਂ ਇਹਨਾਂ ਗੁਰਦੁਆਰੇ ਸਾਹਿਬਾਨਾਂ ਦੇ ਵੀ ਦਰਸ਼ਨ ਕਰਨਾ ਚਾਹੁੰਦੇ ਹਾਂ ਔਰ ਪਾਕਿਸਤਾਨ ਸਰਕਾਰ ਸਾਡੀ ਇਹ ਖੁਆਇਸ਼ ਪੂਰੀ ਕਰੇਗੀ, ਇਹ ਸਾਨੂੰ ਪੂਰੀ ਉਮੀਦ ਹੈ। ਸਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।